ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਦੋਸਤੋ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਣੇ। ਦੋਸਤੋ ਅੱਜ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਆ, ਜਿੱਦਾਂ ਕਿ ਤੁਸੀਂ ਆਪਾਂ ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਕਿ ਆਪਣਾ ਇੰਸਟਾਗ੍ਰਾਮ ਜਿਹੜਾ ਕਿ ਅਕਾਊਂਟ ਮੈਂ ਉਹਨੂੰ ਬਣਾ ਲਿਆ, ਉਹ ਤੋਂ ਉਹਨੂੰ ਲੌਗਇਨ ਕੀਤੀ ਆਪਣੀ ਆਈਡੀ 'ਤੇ, ਉੱਤੇ ਬਹੁਤ ਸਾਰੇ ਤੁਹਾਡੇ ਜਿਹੜੇ ਮੈਸੇਜ ਆਏ ਸੀਗੇ, ਜਿਨ੍ਹਾਂ ਦੋਸਤਾਂ ਨੇ ਉਸ ਆਈਡੀ 'ਤੇ ਜਾ ਕੇ ਫੋਲੋ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬਾਕੀ ਮੈਂ ਆਪਣੀ ਇਸ ਆਈਡੀ ਨੂੰ ਫਿਰ ਇੱਥੇ ਇੱਕ ਵਾਰੀ ਮੈਨਸ਼ਨ ਕਰ ਦੂੰਗਾ, ਤੁਸੀਂ ਉਹਨੂੰ ਜਾ ਕੇ ਫੋਲੋ ਜ਼ਰੂਰ ਕਰ ਲਿਓ। ਅਤੇ ਉੱਥੇ ਮੈਂ ਜਿਹੜੇ ਵੀ ਦੋਸਤ ਮੈਸੇਜ ਵਗੈਰਾ ਕਰਦੇ ਉਹਨਾਂ ਦਾ ਰਿਪਲਾਈ ਜ਼ਰੂਰ ਕਰ ਦਿੰਦਾ ਵਾਂ। ਅਤੇ ਕਈ ਵਾਰ ਉਹ ਦੋਸਤ ਕਾਲ ਵੀ ਕਰਦੇ ਆ, ਜਿੱਦਾਂ ਕਿ ਸਾਈਪ੍ਰਸ ਦੇ ਵਿੱਚੋਂ ਕਾਫੀ ਸਾਰੇ ਦੋਸਤ ਜਿਹੜੇ ਕਿ ਆਪਾਂ ਨੂੰ ਭੈਣ ਭਰਾ ਜਿਹੜੇ ਕਿ ਮੈਸੇਜ ਕਰਦੇ ਆ ਵੀ ਆਪਾਂ ਸਾਈਪ੍ਰਸ ਤੋਂ ਗ੍ਰੀਸ ਜਾਂ ਕਿਸੇ ਪੁਰਤਗਾਲ ਜਾਂ ਕਿਸੇ ਹੋਰ ਸ਼ਾਂਗਨ ਕੰਟਰੀ ਦੇ ਵਿੱਚ ਕਿੱਦਾਂ ਜਾ ਸਕਦੇ ਆ, ਅਤੇ ਸਹੀ ਤਰੀਕੇ ਨਾਲ ਜਿਹੜਾ ਸਹੀ ਤਰੀਕਾ ਕੀ ਆ, ਜਾਂ ਡੋਂਕੀ ਲਾ ਕੇ ਆਪਾਂ ਜਾ ਸਕਦੇ ਹਾਂ ਜਾਂ ਉਹ ਸਹੀ ਆ ਜਾਂ ਨਹੀਂ ਸਹੀ ਹੈਗਾ, ਇਹਨਾਂ ਬਾਰੇ ਗੱਲ ਕਰਾਂਗੇ। ਬਾਕੀ ਬਹੁਤ ਸਾਰੇ ਦੋਸਤ ਜਿਹੜੇ ਇੰਡੀਆ ਤੋਂ ਜਾਂ ਪਾਕਿਸਤਾਨ ਜਾਂ ਨੇਪਾਲ ਤੋਂ, ਕਾਫੀ ਸਾਰੇ ਦੋਸਤ ਆ ਜਿਹੜੇ ਕਿ ਆਪਣੀਆਂ ਜਿਹੜੀਆਂ ਵੀਡੀਓ ਜਿੱਦਾਂ ਹੋਰਾਂ ਕੰਟਰੀਆਂ ਤੋਂ ਵੀ, ਦੁਬਈ ਵਗੈਰਾ ਤੋਂ ਵੀ ਦੇਖਦੇ ਆ ਵੀ ਆਪਾਂ ਸਾਈਪ੍ਰਸ ਦੇ ਵਿੱਚ ਜੇ ਆ ਜਾਂਦੇ ਆ, ਸਾਈਪ੍ਰਸ ਦੇ ਵਿੱਚ ਆ ਜਾਂਦੇ ਆ ਤਾਂ ਕੀ ਆਪਾਂ ਉੱਥੋਂ ਈਜ਼ੀਲੀ ਤਰੀਕੇ ਨਾਲ ਮੂਵ ਹੋ ਸਕਦੇ ਹਾਂ ਜਾਂ ਨਹੀਂ ਹੋ ਸਕਦੇ, ਸ਼ੰਗਨ ਕੰਟਰੀ ਵਿੱਚ ਜਾ ਸਕਦੇ ਹਾਂ ਕਿਸੇ ਚੀਜ਼ ਨਾਲ ਨਹੀਂ, ਜਾਂ ਕਿੰਨੇ ਕੁ ਪੈਸੇ ਲੱਗ ਜਾਂਦੇ ਆ, ਜਾਂ ਕਿੰਨੀ ਕੁ ਸੈਲਰੀ ਕ ਇੱਥੇ ਮਿਲਦੀ ਆ ਕੁੜੀਆਂ ਦੀ ਜਾਂ ਮੁੰਡਿਆਂ ਦੀ, ਕਿੰਨੀ ਕੁ ਸੈਲਰੀ ਮਿਲਦੀ ਆ, ਬਹੁਤ ਸਾਰੇ ਜਿਹੜੇ ਕਿ ਸਵਾਲ ਹੁੰਦੇ ਆ ਅਤੇ ਉਹਨਾਂ ਦੇ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ। ਦੋਸਤਾਂ ਨੇ ਆਪਣੀ ਇੰਸਟਾਗ੍ਰਾਮ ਆਈਡੀ 'ਤੇ ਜਾ ਕੇ ਫੋਲੋ ਨਹੀਂ ਕੀਤਾ, ਉਹ ਫੋਲੋ ਜ਼ਰੂਰ ਕਰ ਲਿਓ। ਮੈਂ ਲਿੰਕ ਜਿਹੜਾ ਵਾ ਕਿ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ, ਉਹਦਾ ਨਾਮ ਮੈਂਸ਼ਨ ਕਰ ਦੂੰਗਾ, ਆਪਣੇ ਵੀਡੀਓ ਦੇ ਉੱਤੇ ਵੀ ਮੈਂਸ਼ਨ ਕਰ ਦੂੰਗਾ। ਅਤੇ ਬਾਕੀ ਜਿਨ੍ਹਾਂ ਨੇ ਡਾਕੂਮੈਂਟ ਜਿੱਦਾਂ ਕਿ ਮੈਂ ਦੱਸਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਸਾਈਪ੍ਰਸ ਤੋਂ ਪੁਰਤਗਾਲ ਕਿੱਦਾਂ ਜਾ ਸਕਦੇ ਹਾਂ, ਅਤੇ ਉਹ ਪੂਰੀ ਵੀਡੀਓ ਦੇਖਣੀ ਹੈ ਤਾਂ ਆਪਾਂ ਉੱਪਰ ਆ ਜਿਹੜਾ ਉੱਪਰ ਨਿਸ਼ਾਨ ਆਉਂਦਾ ਹੋਣਾ ਵਾ ਇੱਕ ਆਈ ਲਿੰਕ, ਇਹਤੇ ਕਲਿੱਕ ਕਰਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹਾਂ। ਸੋ ਦੋਸਤੋ ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ ਵੀ ਸਾਈਪ੍ਰਸ ਦੇ ਵਿੱਚ ਜਿਹੜੇ ਦੋਸਤ ਆਉਣਾ ਚਾਹੁੰਦੇ ਆ, ਪਹਿਲਾਂ ਸਟਾਰਟ ਕਰ ਲੈਂਦੇ ਹਾਂ ਵੀ ਜਿਹੜੇ ਦੋਸਤ ਆਉਣਾ ਚਾਹੁੰਦੇ ਆ ਉਹਨਾਂ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਬਹੁਤ ਸਾਰੇ ਦੋਸਤ ਜਿੱਦਾਂ ਕਿ ਤੁਸੀਂ ਮੈਸੇਜ ਕਰਦੇ ਹੁੰਦੇ ਆਪਣੇ ਫੇਸਬੁੱਕ ਪੇਜ 'ਤੇ ਵੀ ਅਤੇ ਇੰਸਟਾਗ੍ਰਾਮ 'ਤੇ ਵੀ, ਜਿਹੜਾ ਕਿ ਇੱਕ ਦੋ ਦਿਨ ਪਹਿਲਾਂ ਹੀ ਮੈਂ ਜਿਹੜਾ ਕਿ ਉਹਨੂੰ ਲੌਗਇਨ ਕੀਤਾ ਆ ਅਤੇ ਉਹਦੇ ਉੱਤੇ ਤੁਸੀਂ ਮੈਸੇਜ ਕੀਤੇ ਬਹੁਤ ਸਾਰੇ, ਅਤੇ ਉਹਨਾਂ ਵਿੱਚ ਇਹ ਜ਼ਿਆਦਾ ਪੁੱਛਿਆ ਸੀਗਾ ਕਿ ਆਪਾਂ ਸਾਈਪ੍ਰਸ ਆਣ ਕੇ ਇੱਥੋਂ ਅੱਗੇ ਮੂਵ ਕਿੰਨੇ ਚਿਰ ਬਾਅਦ ਹੋ ਸਕਦੇ ਹਾਂ, ਵੀ ਆਪਾਂ 6 ਮਹੀਨੇ ਬਾਅਦ ਜਾਂ 3 ਮਹੀਨਿਆਂ ਬਾਅਦ ਮੂਵ ਹੋ ਸਕਦੇ ਹਾਂ, ਅਤੇ ਸਾਡਾ ਏਜੰਟ ਨੇ ਇੱਦਾਂ ਇੱਦਾਂ ਕਿਹਾ ਵਾ ਇਹ ਕਿ ਇਹ ਗੱਲਾਂ ਸਹੀ ਹੈਗੀਆਂ ਜਾਂ ਨਹੀਂ ਹੈਗੀਆਂ। ਸੋ ਪਹਿਲੀ ਗੱਲ ਇਹ ਆ ਵੀ ਜਦੋਂ ਤੁਸੀਂ ਸਾਈਪ੍ਰਸ ਦੇ ਵਿੱਚ ਆਉਂਦੇ ਆ, ਠੀਕ ਹੈ ਜੀ, ਤੁਹਾਡਾ ਜਿਹੜਾ ਐਂਟਰੀ ਵੀਜ਼ਾ ਹੁੰਦਾ ਵਾ, ਪਾਸਪੋਰਟ 'ਤੇ ਵੀਜ਼ਾ ਨਹੀਂ ਲੱਗਦਾ, ਇਹ ਸਿਰਫ ਇੱਕ ਪੇਪਰ ਵੀਜ਼ਾ ਹੁੰਦਾ ਵਾ ਜਿਹੜਾ ਐਂਟਰੀ ਵੀਜ਼ਾ, ਜਿਹੜਾ ਕਿ 3 ਮਹੀਨੇ ਦੇ ਵਿੱਚ ਤੁਸੀਂ ਸਾਈਪ੍ਰਸ ਦੇ ਵਿੱਚ ਐਂਟਰੀ ਕਰਨੀ ਹੁੰਦੀ ਆ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਆ ਜਾਂਦੇ ਆ, ਤੁਹਾਡੇ ਫਿੰਗਰ ਹੁੰਦੇ ਆ, ਫਿੰਗਰ ਹੋਣ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਆ 6 ਮਹੀਨੇ ਜਾਂ 3 ਮਹੀਨੇ ਦਾ ਟਾਈਮ ਹੁੰਦਾ ਵਾ, ਉਸ ਤੋਂ ਬਾਅਦ ਜਿਹੜੀ ਕਿ ਤੁਹਾਡੀ ਇੱਕ ਆਈਡੀ ਮਿਲਦੀ ਆ ਜਿਹਨੂੰ ਪਿੰਕ ਕਹਿ ਦਿੰਦੇ ਆ, ਆਈਡੀ ਮਿਲਦੀ, ਉਹ ਕਾਰਡ ਮਿਲ ਜਾਂਦਾ ਆਪਾਂ ਨੂੰ ਆਈਡੀ ਇੱਥੋਂ ਦੀ, ਅਤੇ ਕਿੰਨੇ ਚਿਰ ਦਾ ਉੱਤੇ ਵੀਜ਼ਾ ਲੱਗਿਆ, ਕਿੰਨੇ ਚਿਰ 'ਚ ਐਕਸਪਾਇਰ ਹੋਣਾ, ਉਹ ਸਾਰੀ ਡਿਟੇਲ ਹੁੰਦੀ ਆ, ਠੀਕ ਹੈ। ਅਤੇ ਬਾਕੀ ਕਿਹੜਾ ਤੁਹਾਡਾ ਇੰਡੀਆ ਦਾ ਐਡਰੈਸ ਉਹਦੇ ਪਿੱਛੇ ਲਿਖਿਆ ਹੋਇਆ ਹੁੰਦਾ ਆ, ਠੀਕ ਹੈ ਜੀ। ਅਤੇ ਬਾਅਦ ਉਸ ਤੋਂ ਬਾਅਦ ਜਦੋਂ ਤੁਹਾਡੀ ਪਿੰਕ ਸਲਿੱਪ ਆ ਜਾਂਦੀ ਆ 6 ਮਹੀਨੇ ਬਾਅਦ, ਜਿੱਦਾਂ ਕਿ ਜਿੱਦਾਂ ਤੁਸੀਂ ਪੁੱਛਿਆ ਵੀ 6 ਮਹੀਨੇ ਬਾਅਦ ਆਪਾਂ ਇੱਥੋਂ ਮੂਵ ਹੋ ਸਕਦੇ ਹਾਂ ਜਾਂ ਨਹੀਂ, ਅਤੇ ਉਹਦੇ ਵਿੱਚ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ, ਜਿੱਦਾਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਇੱਕ ਦੱਸਿਆ ਸੀਗਾ ਵੀ ਜਦੋਂ ਤੁਸੀਂ ਸਾਈਪ੍ਰਸ ਦੇ ਵਿੱਚ ਆਉਂਦੇ ਆ, ਅਤੇ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖ ਲਿਓ, ਥੋੜ੍ਹੀ ਬਹੁਤੀ ਜੇ ਲੰਬੀ ਵੀਡੀਓ ਹੋ ਗਈ, 5-6 ਮਿੰਟ ਦੀ ਮੈਂ ਵੈਸੇ ਵੀਡੀਓ ਬਣਾਉਂਦਾ ਹੁੰਦਾ, ਅਤੇ ਜੇ ਇਸ ਤੋਂ ਥੋੜ੍ਹੀ ਲੰਬੀ ਹੋ ਗਈ ਤਾਂ ਐਂਡ ਤਾਈਂ ਜ਼ਰੂਰ ਦੇਖ ਲਿਓ, ਕਿਉਂਕਿ ਵਿੱਚ ਕੁਝ ਗੱਲਾਂ ਜਿਹੜੀਆਂ ਤੁਸੀਂ ਸਕਿੱਪ ਕਰ ਦਿੰਦੇ ਆ, ਬਾਅਦ ਦੇ ਵਿੱਚ ਫਿਰ ਤੁਸੀਂ ਮੈਸੇਜ ਕਰਦੇ ਆ। ਸੋ ਜਦੋਂ ਤੁਸੀਂ ਜਦੋਂ 6 ਮਹੀਨੇ ਦੀ ਗੱਲ ਹੋ ਜਾਂਦੀ, ਤੁਹਾਡੀ ਪਿੰਕ ਆ ਜਾਂਦੀ ਹੈ, ਤੁਹਾਡੇ ਕੋਲ 6 ਮਹੀਨੇ ਜਿਹੜੀ ਉਹ ਵੈਲਿਡ ਹੋਣੀ ਚਾਹੀਦੀ ਹੈ ਜਾਂ ਸਾਲ ਦਾ ਵੀਜ਼ਾ ਲੱਗਦਾ ਵਾ ਜਦੋਂ ਤੁਸੀਂ ਅੱਗੇ ਕਿਸੇ ਹੋਰ ਕੰਟਰੀ ਮੂਵ ਹੋਣਾ ਵਾ, ਅਤੇ ਇਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਬਈ ਵੀ 6 ਮਹੀਨੇ ਬਾਅਦ, ਕਈ ਦੋਸਤ ਕਹਿੰਦੇ ਵੀ 6 ਮਹੀਨੇ ਬਾਅਦ ਮੂਵ ਹੋ ਜਾਓ, ਉਹਦੇ ਵਿੱਚ ਜਿੱਦਾਂ ਕਿ ਸਾਡੇ ਏਜੰਟ ਨੇ ਕਿਹਾ ਵੀ 6 ਮਹੀਨੇ ਬਾਅਦ ਜਾਂ 3 ਮਹੀਨਿਆਂ ਬਾਅਦ ਤੁਸੀਂ ਇੱਥੋਂ ਮੂਵ ਹੋ ਜਾਓ ਜਦੋਂ ਤੁਹਾਡਾ ਕਿ ਮਤਲਬ ਆਈਡੀ ਮਿਲ ਗਈ, ਠੀਕ ਹੈ ਜੀ। ਉਸ ਵਾਸਤੇ ਜਿੱਦਾਂ ਕਿ ਦੋਸਤੋ ਮੈਂ ਪਹਿਲਾਂ ਦੱਸਿਆ ਇਸ ਵੀਡੀਓ ਦੇ ਵਿੱਚ ਵੀ ਪਹਿਲਾਂ ਤਾਂ ਤੁਹਾਡੀ ਜਿਹੜੀ ਆ ਬੈਂਕ ਸਟੇਟਮੈਂਟ ਤੁਹਾਨੂੰ ਬਣਾਉਣੀ ਪੈਣੀ ਆ, ਜੇ ਤੁਸੀਂ ਸਹੀ ਤਰੀਕੇ ਨਾਲ ਸਾਈਪ੍ਰਸ ਤੋਂ ਗ੍ਰੀਸ ਜਾਂ ਪੁਰਤਗਾਲ ਜਾਣਾ ਚਾਹੁੰਦੇ ਆ, ਤੁਹਾਡੀ ਜਿਹੜੀ ਆ ਸਟੇਟਮੈਂਟ ਬਣਾਉਣੀ ਪੈਣੀ ਆ, ਠੀਕ ਹੈ ਜੀ। ਜਿੱਦਾਂ ਕਿ ਹੁਣ ਗਰਮੀਆਂ ਚੱਲਦੀਆਂ ਵਾ, ਜੇਕਰ ਤੁਸੀਂ ਇਹਦੇ ਇਹਨਾਂ ਵਿੱਚ ਛੁੱਟੀਆਂ ਲੈ ਕੇ ਹਫ਼ਤੇ ਦੀਆਂ ਜਾਂ 15 ਦਿਨ ਦੀਆਂ ਲੈ ਕੇ ਛੁੱਟੀ ਲੈ ਕੇ ਜਦੋਂ ਤੁਸੀਂ ਆ ਜਾਂਦੇ ਆ ਸਾਲ ਬਾਅਦ, ਤੁਸੀਂ ਅੱਬਲ ਤਾਂ ਤੁਸੀਂ ਜਦੋਂ ਨਵੇਂ ਆਓਗੇ ਸਾਲ ਬਾਅਦ ਹੀ ਟਰਾਈ ਕਰਨਾ, ਤੁਹਾਡੇ ਲਈ ਬਹੁਤ ਵਧੀਆ ਰਹੂਗਾ, ਕਿਉਂਕਿ ਸਾਲ ਬਾਅਦ ਇਸ ਤਰੀਕੇ ਨਾਲ ਕਹਿੰਦਾ, ਕਿਉਂਕਿ ਜੇ ਤੁਸੀਂ ਇੰਡੀਆ ਤੋਂ ਆਉਂਦੇ ਆ ਆਪਣਾ ਖਰਚਾ ਕਰਕੇ ਆਉਂਦੇ ਆ, ਉਸ ਤੋਂ ਬਾਅਦ ਤੁਸੀਂ ਬੈਂਕ ਬੈਲੈਂਸ ਬਣਾਓਗੇ ਆਪਣਾ, ਇੱਥੇ ਸਟੇਟਮੈਂਟ ਬਣੂਗੀ, ਅਤੇ ਟਰੈਵਲ ਹਿਸਟਰੀ ਬਣਾਉਣ ਵਾਸਤੇ ਮੈਂ ਕਹਿੰਦਾ ਵਾ, ਜਿੱਦਾਂ ਕਿ ਹੁਣ ਇਸ ਟਾਈਮ ਗਰਮੀਆਂ ਚੱਲਦੀਆਂ, ਇਹਨਾਂ ਦਿਨਾਂ ਦੇ ਵਿੱਚ ਤੁਸੀਂ 10 ਜਾਂ 15 ਦਿਨ ਦੀ ਜਿਹੜੀ ਛੁੱਟੀ ਲੈ ਕੇ ਅਤੇ ਸਰਬੀਆ ਘੁੰਮ ਸਕਦੇ,
ਠੀਕ ਹੈ ਜੀ। ਤੇ ਇਹਦੇ ਤੋਂ ਜਦੋਂ ਇਹਦਾ ਇਹ ਫਾਇਦਾ ਹੋ ਜਾਂਦਾ ਵਾ, ਉਸ ਤੋਂ ਬਾਅਦ ਜਦੋਂ ਤੁਹਾਡੀ ਟਰੈਵਲ ਹਿਸਟਰੀ ਬਣ ਜਾਂਦੀ ਹੈ, ਤਾਂ ਉਸ ਤੋਂ ਬਾਅਦ ਫਿਰ ਤੁਸੀਂ ਗ੍ਰੀਸ ਦਾ ਜਾਂ ਪੁਰਤਗਾਲ ਦਾ ਤੁਸੀਂ ਅਪਲਾਈ ਡਾਇਰੈਕਟ ਕਰ ਸਕਦੇ ਆ, ਜਿਹਦੇ ਵਿੱਚ ਤੁਸੀਂ ਖੁਦ ਅਪਲਾਈ ਕਰ ਸਕਦੇ ਆ। 80 ਯੂਰੋ ਜਿਹੜੀ ਕਿ ਅੰਬੈਸੀ ਦੀ ਫੀਸ ਹੁੰਦੀ ਆ, ਬਾਕੀ ਜਿਨ੍ਹਾਂ ਨੇ ਡਾਕੂਮੈਂਟਸ ਬਾਰੇ ਪੁੱਛਣਾ ਵਾ ਉਹ ਆਪਾਂ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਲੈਣ ਵੀ ਕਿਹੜੇ ਕਿਹੜੇ ਡਾਕੂਮੈਂਟਸ ਲੱਗਦੇ ਆ, ਕੀ ਕੀ ਪੇਪਰ ਲੱਗਦੇ ਆ, ਜੋ ਵੀ ਆ ਵੀ ਕੀ ਪ੍ਰੋਸੈਸ ਹੁੰਦਾ ਵਾ ਉਹ ਆਪਾਂ ਤੁਹਾਨੂੰ ਉਹਦੇ ਉੱਤੇ ਦੱਸ ਦਾਂਗੇ। ਸੋ ਇਹ ਚੀਜ਼ਾਂ ਹੁੰਦੀਆਂ ਵਾ। ਉਸ ਤੋਂ ਬਾਅਦ ਕਹਿਣ ਦਾ ਮਤਲਬ ਕਿ ਤੁਹਾਨੂੰ ਸਾਈਪ੍ਰਸ 'ਚ ਜਦੋਂ ਤੁਸੀਂ ਨਵੇਂ ਆਉਂਦੇ ਆ, 1 ਸਾਲ ਤੁਹਾਨੂੰ ਇੱਥੇ ਸਟੇ ਕਰਨਾ ਹੀ ਪਊਗਾ। ਉਹਦੇ ਵਿੱਚ ਕਿਉਂਕਿ ਤੁਸੀਂ ਆਪਣੇ ਵੀਜ਼ੇ ਦੇ ਵੀ ਜੇ ਪੈਸੇ ਕਵਰ ਕਰਨੇ ਆ ਉਹ ਵੀ ਹੋਣਾ ਟਾਈਮ ਲੱਗਣਾ ਆ, ਤੇ ਦੂਜੀ ਗੱਲ ਤੁਹਾਨੂੰ ਬੈਂਕ ਸਟੇਟਮੈਂਟ ਬਣਾਉਣੀ ਪੈਣੀ ਆ। ਇਹ ਨਹੀਂ ਵੀ ਤੁਸੀਂ ਇੱਕਦਮ ਆਪਣੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਤੇ ਤੇ ਉਹਦੇ ਉੱਤੋਂ ਤੁਸੀਂ ਬਾਅਦ 'ਚ ਸਟੇਟਮੈਂਟ ਕਢਾ ਕੇ, 6 ਮਹੀਨੇ ਜਿਹੜੀ ਆ ਬੈਂਕ ਸਟੇਟਮੈਂਟ ਜਿਹੜੀ ਇਹ ਪੁਰਾਣੀ ਹੋਣੀ ਚਾਹੀਦੀ ਹੁੰਦੀ ਆ, ਠੀਕ ਹੈ ਜੀ। ਤੇ ਜਿਹੜੀ ਕਿ ਮੇਨ ਚੀਜ਼ ਆ, ਤੇ ਬਾਕੀ ਜਿਹੜੇ ਤੁਹਾਡੇ ਏਜੰਟ ਇਦਾਂ ਕਹਿੰਦੇ ਉਹ ਸਿਰਫ ਉੱਪਰਲੀਆਂ ਗੱਲਾਂ ਹੀ ਹੁੰਦੀਆਂ ਵਾ ਏਜੰਟਾਂ ਦੀਆਂ ਜਿਹੜੇ ਕੰਮ ਹੁੰਦੇ ਇਦਾਂ ਦੱਸਣ, ਤੇ ਬਾਕੀ ਬਹੁਤ ਸਾਰੇ ਕਈ ਵਾਰੀ ਦੋਸਤ ਕਹਿੰਦੇ ਵੀ ਸਾਡਾ ਕੰਮ ਕਰਾ ਦਿਓ, ਇਉਂ ਕਰਾ ਦਿਓ। ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਕੋਈ ਏਜੰਟ ਨਹੀਂ ਹੈਗਾ, ਸਿਰਫ ਮੈਂ ਇਨਫੋਰਮੇਸ਼ਨ ਵਾਸਤੇ ਵੀਡੀਓ ਦਿੰਦਾ, ਕਿਉਂਕਿ ਸਾਈਪ੍ਰਸ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਭੈਣ ਭਰਾ ਵੀ ਰਹਿੰਦੇ ਆ, ਉਹਨਾਂ ਨੇ ਵੀ ਕਾਫੀ ਧੋਖਾ ਖਾਧਾ ਇਹਨਾਂ ਚੀਜ਼ਾਂ ਦਾ, ਕਿਉਂਕਿ ਫਰੋਡ ਏਜੰਟਾਂ ਦੇ ਹੱਥ ਆ ਜਾਂਦੇ ਆ। ਉਹਨਾਂ ਨੂੰ ਕਈ ਤਰੀਕੇ ਦੀਆਂ ਚੀਜ਼ਾਂ ਦਾ ਲਾਲਚ ਦੇ ਕੇ, ਜਿੱਦਾਂ ਸਰਬੀਆ ਤੋਂ ਅੱਗੇ ਪਹੁੰਚਾਵਾਂਗੇ, ਕਈ ਜਿਹੜਾ ਤੀਰ ਤੁੱਕਾ ਲੱਗ ਵੀ ਜਾਂਦਾ ਵਾ, ਪਰ ਬਹੁਤ ਸਾਰੇ ਦੋਸਤ ਜਿਹੜੇ ਕਿ ਉੱਥੇ ਫਸ ਜਾਂਦੇ ਆ। ਉਸ ਤੋਂ ਬਾਅਦ ਜੇਕਰ ਹੰਗਰੀ ਦੇ ਬਾਰਡਰ ਤੇ ਜਿੱਦਾਂ ਵਾਇਆ ਟੈਕਸੀ ਜਾਣ ਦੀ ਗੱਲ ਕਰਦੇ ਹੁੰਦੇ ਆ, ਜੇ ਉੱਥੇ ਫਸ ਜਾਂਦੇ ਆ ਤਾਂ ਉਹਨਾਂ ਤੇ ਕ੍ਰੋਸ ਇੱਕ ਸਟੈਂਪ ਲੱਗ ਜਾਂਦੀ ਆ ਜਿਹੜਾ ਕਿ ਡਿਪੋਰਟ ਦਾ ਹੁੰਦਾ ਵਾ। ਸੋ ਦੋਸਤੋ ਉਹ ਬਹੁਤ ਜਿਹੜੀ ਮਾੜੀ ਚੀਜ਼ ਹੁੰਦੀ ਆ, ਬੱਸ ਦੇ ਵਿੱਚ ਤੁਹਾਡਾ ਜਿਹੜਾ ਕੀ ਆ ਪਾਸਪੋਰਟ ਤੇ ਜਿਹੜੀ ਆ ਉਹ ਸਟੈਂਪ ਲੱਗਣੀ ਬਹੁਤ ਹੀ ਮਾੜੀ ਚੀਜ਼ ਹੁੰਦੀ ਆ, ਵੀ ਹੋਰਾਂ ਕੰਟਰੀਆਂ ਦੇ ਵਿੱਚ ਵੀ ਤੁਸੀਂ ਬਹੁਤ ਰਿਸਕੀ ਹੁੰਦਾ ਵਾ ਤੁਹਾਡਾ ਜਾਣਾ ਫਿਰ। ਸੋ ਦੋਸਤੋ ਬਾਕੀ ਜਿਹੜੀ ਗੱਲ ਪੁੱਛਦੇ ਹੁੰਦੇ ਆ ਵੀ ਦੋਸਤ ਵੀ ਆਪਾਂ ਕਿੱਦਾਂ ਜਾ ਸਕਦੇ ਹਾਂ, ਜਿਹੜੀ ਮੇਨ ਚੀਜ਼ ਮੈਂ ਦੱਸੀ ਆ ਵੀ ਤੁਹਾਨੂੰ ਜਿਹੜੇ ਕਿ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਆ। ਜਿਹੜੇ ਸਾਈਪ੍ਰਸ ਤੇ ਕਾਫੀ ਚਿਰ ਤੋਂ ਦੋਸਤ ਰਹਿ ਰਹੇ ਆ, ਜਿਹੜੇ ਪੁਰਾਣੇ ਹੋ ਚੁੱਕੇ ਆ, ਉਹਨਾਂ ਨੇ ਜੇ ਅੱਗੇ ਮੂਵ ਹੋਣਾ ਆ ਤਾਂ ਉਹ ਕਿੱਦਾਂ ਹੋ ਸਕਦੇ ਆ। ਤੁਹਾਨੂੰ ਪਹਿਲਾਂ ਤਾਂ ਬੈਂਕ ਸਟੇਟਮੈਂਟ ਬਣਾਉਣੀ ਪਊਗੀ, ਠੀਕ ਹੈ ਜੀ। 6 ਮਹੀਨੇ ਪੁਰਾਣੀ ਹੋਣੀ ਚਾਹੀਦੀ ਆ ਘੱਟੋ ਘੱਟ। ਜੇ ਤੁਸੀਂ ਪੁਰਤਗਾਲ ਜਾਂ ਗ੍ਰੀਸ ਦਾ ਟੂਰਿਸਟ ਵੀਜ਼ਾ ਲਵਾਉਣਾ ਆ ਤਾਂ ਉਹਦੇ ਵਾਸਤੇ ਤੁਹਾਡੇ ਕੋਲ 2,000 ਜਾਂ 2,500 ਯੂਰੋ ਜਿਹੜਾ ਤੁਹਾਡਾ ਬੈਂਕ ਸਟੇਟਮੈਂਟ ਬਣੀ ਹੋਣੀ ਚਾਹੀਦੀ ਆ, ਜਿਹਦੇ ਵਿੱਚ ਜਿੱਦਾਂ ਕਿ ਤੁਹਾਡਾ ਤੁਸੀਂ ਜੋ ਵੀ ਸ਼ਾਪਿੰਗ ਵਗੈਰਾ ਕਰਦੇ ਆ ਆਪਣੇ ਕਾਰਡ ਤੋਂ ਕੀਤੀ ਹੋਣੀ ਚਾਹੀਦੀ ਆ, ਤੇ ਵਧੀਆ ਤਰੀਕੇ ਨਾਲ ਜਿਹੜੀ ਕਿ ਸਟੇਟਮੈਂਟ ਬਣੀ ਹੋਣੀ ਚਾਹੀਦੀ ਆ। ਤੇ ਬਾਕੀ ਜਿਹੜੀ ਆ ਜਦੋਂ ਤੁਸੀਂ ਸਟੇਟਮੈਂਟ ਕਢਾਉਣੀ ਆ ਬੈਂਕ ਦੇ ਵਿੱਚੋਂ ਬਕਾਇਦਾ ਉੱਤੇ ਸਟੈਂਪ ਲਵਾਉਣੀ ਆ। ਤੇ ਬਾਕੀ ਜਿਹੜੀ ਮੇਨ ਚੀਜ਼ ਹੁੰਦੀ ਆ ਇੱਕ ਆਪਣਾ ਜਿੱਥੇ ਤੁਸੀਂ ਕੰਮ ਕਰਦੇ ਆ ਕੰਪਨੀ 'ਚ ਜਾਂ ਮਾਲਕਾਂ ਕੋਲ ਕੰਮ ਕਰਦੇ ਆ, ਕਿਤੇ ਵੀ ਕੋਈ ਵੀ ਕੰਮ ਕਰਦੇ ਆ, NOC ਲੈਟਰ ਜਿਹੜਾ ਵਾ ਉਹ ਲੈਣਾ ਹੁੰਦਾ ਵਾ, ਠੀਕ ਹੈ। ਜੇ ਤੇ ਮੈਂਸ਼ਨ ਕੀਤਾ ਹੁੰਦਾ ਵੀ ਤੁਸੀਂ ਕਿੰਨੇ ਚਿਰ ਤੋਂ ਸਾਈਪ੍ਰਸ ਦੇ ਵਿੱਚ ਰਹਿ ਰਹੇ ਆ ਤੇ ਕਿੰਨੇ ਚਿਰ ਤੇ ਤੁਸੀਂ ਇੱਥੇ ਕੰਮ ਕਰਦੇ ਆ, ਕੀ ਤੁਹਾਡਾ ਨਾਮ ਆ, ਪਾਸਪੋਰਟ ਨੰਬਰ ਵਗੈਰਾ ਸਾਰੀ ਡਿਟੇਲ ਉਹਨਾਂ ਨੇ ਕੀਤੀ ਹੁੰਦੀ ਆ। ਤੇ ਜਿਹੜੇ ਜਿੱਦਾਂ ਕਿ ਮੰਨ ਲਓ ਤੁਸੀਂ ਕੰਪਨੀ ਆ ਜਿਹੜੀ ਆ ਕੰਪਨੀ ਦੇ ਵਿੱਚ ਜਿੱਦਾਂ ਕਿ ਜਿਨ੍ਹਾਂ ਦੀ ਰਜਿਸਟਰਡ ਕੰਪਨੀ ਹੁੰਦੀ ਆ, ਉਹਨਾਂ ਦੀ ਇੱਕ ਲੈਟਰ ਪੈਡ ਹੋ ਜਾਂਦੀ ਆ ਆਪਾਂ ਕਹਿੰਦੇ ਆ, ਉਹਦੇ ਉੱਤੇ ਉਹਨਾਂ ਨੇ ਉਹ ਲਿਖ ਕੇ ਦੇਣਾ ਹੁੰਦਾ ਵਾ ਜੋ ਵੀ ਕੰਪਨੀ ਦਾ ਮਾਲਕ ਹੁੰਦਾ ਵਾ, ਸਟੈਂਪ ਵਗੈਰਾ ਲਾ ਕੇ। ਤੇ ਇਹਦੇ ਵਿੱਚ ਚਾਂਸ ਕਾਫੀ ਜ਼ਿਆਦਾ ਵੱਧ ਜਾਂਦੇ ਆ ਜਦੋਂ ਤੁਸੀਂ ਹੋਰ ਕੰਟਰੀ ਦੇ ਵਿੱਚ ਮੂਵ ਹੋਣਾ ਵਾ ਸਾਈਪ੍ਰਸ ਤੋਂ। ਸੋ ਦੋਸਤੋ ਉਮੀਦ ਆ ਕਿ ਇੰਨੀ ਕੁ ਜਾਣਕਾਰੀ ਜਿਹੜੀ ਆ ਤੁਹਾਨੂੰ ਚੰਗੀ ਲੱਗੀ ਹੋਊਗੀ, ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤੇ ਹੋਰ ਵੀਡੀਓ ਦੇਖਣ ਵਾਸਤੇ ਵੀ ਆਪਣੇ ਜਿਹੜੇ ਚੈਨਲ ਦੇ ਥੱਲੇ ਜਾ ਕੇ ਤੁਸੀਂ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਵੀਡੀਓ ਸਾਈਪ੍ਰਸ ਦੇ ਬਾਰੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਣ ਬਾਰੇ ਜਿਹੜੀਆਂ ਕਿ ਜਾਣਕਾਰੀ ਵਾਲੀਆਂ ਵੀਡੀਓ ਸਾਰੀਆਂ ਹੈਗੀਆਂ। ਬਾਕੀ ਤੁਸੀਂ ਮੈਸੇਜ ਕਰਨ ਵਾਸਤੇ ਆਪਣੇ ਨੂੰ ਇੰਸਟਾਗ੍ਰਾਮ ID ਤੇ ਫੋਲੋ ਕਰ ਲਿਓ। ਧੰਨਵਾਦ, ਰੱਬ ਰਾਖਾ।